गुरु सच है
ਨਾਨਕ ਹੋਸੀ ਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਉਤਾਰ ਮੂਰਤੇ ਅਯੁਨੀ ਸੈ ਪ੍ਰਸਾਦ ਜਪ ਆਦ ਸੱਚ ਜਵਾਨ ਪੀ ਸੱਚ ਨਾਨਕ ਇੱਕ ਓਂਕਾਰ ਸਤਨਾਮ ਨਿਰਭਉ ਨਿਰਵੈਰੀ ਉਤਾਰ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤਿ ਅਜੂਨੀ ਸੈਭੰ ਵਰਸਾ ਜਪ ਆਲ ਸੱਚ ਜੁਗਾਲ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਲ ਸੱਚ ਜੁਗਾਲ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਲ ਸੱਚ ਜੁਗਾਲ ਸੱਚ ਹੈ ਪੀ ਸੱਚ ਨਾਨਕ ਹੋਸੀ ਇੱਕ ਓਂਕਾਰ ਸਤਨਾਮ ਕਰਤਾ ਨਿਰਭਉ ਨਿਰਵੈਰੀ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਲ ਸੱਚ ਜੁਗਾਲ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਲ ਸੱਚ ਜੁਗਾਲ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਗੁਰੂ ਹਰਗੋਬਿੰਦ ਤੇਰੀ ਜੈ ਹੋਵੇ ਗੁਰੂ ਹਰਗੋਬਿੰਦ ਤੇਰੀ ਜੈ ਗੁਰੂ ਹਰਗੋਬਿੰਦ ਤੇਰੀ ਜੈ ਹੋਵੇ ਗੁਰੂ ਹਰਗੋਬਿੰਦ ਤੇਰੀ ਜੈ ਹੋਵੇ ਤੇਰੀ ਜੈ ਹੋਵੇ ਮੇਰੀ ਪੀਰੀ ਵਾਲਿਆ ਤੇਰੀ ਜੈ
ਇਹਨਾਂ ਦਿਨਾਂ ਵਿੱਚ ਫਲ ਵੱਧ ਮਿਲਦਾ ਲੋਹੜੀ ਹੋਵੇ ਦੀਵਾਲੀ ਹੋਵੇ ਹੋਲੀ ਹੋਵੇ ਰੱਖੜੀ ਹੋਵੇ ਸਾਵਣ ਦਾ ਮਹੀਨਾ ਹੋਵੇ ਕੋਈ ਵੀ ਐਸੇ ਜਿਹੜੇ ਪੁਰਬ ਨੇ ਗੁਰੂ ਸਾਹਿਬ ਕਹਿੰਦੇ ਇਹ ਭਾਈ ਤੇਰੇ ਨਾਮ ਜਪਣ ਵਾਸਤੇ ਪਰ ਤੂੰ ਇਹਨੂੰ ਗੰਦਿਆਂ ਕਰ ਦਿੰਦਾ ਹੈ ਖਾ ਪੀ ਕੇ ਰੱਬ ਨੂੰ ਭੁੱਲ ਕੇ ਫਿਰ ਸ਼ਰਾਬਾਂ ਪੀ ਕੇ ਮਾਸ ਖਾ ਕੇ
ਕਈ ਹੋਲੀ ਲੋਹੜੀ ਦੀਵਾਲੀ ਮਨਾਉਂਦੇ ਆ ਸ਼ਰਾਬ ਪੀ ਕੇ, ਬੜਾ ਇਹ ਸੋਭਦਾ ਹੈ ਕਿ ਰਾਮ ਚੰਦਰ ਜੀ ਮਹਾਰਾਜ ਬਨਵਾਸ ਕੱਟ ਕੇ ਆਉਣ, ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ 'ਚ ਆਉਣ, ਸੰਗਤਾਂ ਖੁਸ਼ੀਆਂ ਮਨਾਉਣ, ਦੁਸ਼ਟਾਂ ਦੇ ਨੱਕ ਵਿੱਚ ਨਕੇਲ ਪਾਈ ਹੋਵੇ ਚੰਦੂ ਵਰਗਿਆਂ ਦੇ, ਅਤੇ ਅਸੀਂ ਸ਼ਰਾਬਾਂ ਪੀਏ, ਅਸੀਂ ਇਸ ਖੁਸ਼ੀ ਵਿੱਚ ਮਾਸ ਖਾਈਏ ਜਾਂ ਇਕੱਲਾ ਹੀ ਖਾਧੀ ਪੀਤੀ ਜਾਈਏ ਅਤੇ ਰੱਬ ਨੂੰ ਚੇਤੇ ਨਾ ਕਰੀਏ, ਜਾਂ ਪਟਾਕੇ ਚਲਾਈਏ ਰੱਬ ਨੂੰ ਚੇਤੇ ਨਾ ਕਰੀਏ। ਕਹਿੰਦੇ ਨਹੀਂ ਭਾਈ, ਇਹ ਜਿਹੜੀ ਦੀਵਾਲੀ ਏ ਗੁਰੂ ਹਰਗੋਬਿੰਦ ਸਾਹਿਬ ਦੇ ਆਉਣ ਦੀ ਖੁਸ਼ੀ ਵਿੱਚ ਦੀਵਾਲੀ, ਕਹਿੰਦੀ ਖੁਸ਼ੀ ਨਾਮ ਜਪ ਕੇ ਮਨਾ, ਸਿਮਰਨ ਕਰ ਵਾਹਿਗੁਰੂ ਵਾਹਿਗੁਰੂ ਜਪ ਕੇ ਕੀਰਤਨ ਕਰਕੇ। ਧੰਨ ਗੁਰੂ ਹਰਗੋਬਿੰਦ ਸਾਹਿਬ ਆਖੋ, ਧੰਨ ਗੁਰੂ ਉਹ ਹੁਣ ਵੀ ਹੈਗੇ ਹਾਜ਼ਰ ਗੁਰੂ ਨੇ, ਸਾਰੇ ਗੁਰੂਆਂ ਦਾ ਜਿਹੜਾ ਟਿਕਾਣਾ ਹੈ ਨਾ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ। ਸੱਚਖੰਡ ਵਸੇ ਨਿਰੰਕਾਰ, ਰਾੜੇ ਗੁਰਮਾਨ ਲੱਭੇ ਕਰ ਕਰ ਵੇਖੇ ਨਜ਼ਰ ਨਿਹਾਲ। ਸਾਰੇ ਜਾ ਕੇ ਬੈਠੋ, ਸੱਚਖੰਡ ਵਸੇ ਨਿਰੰਕਾਰ, ਸੱਚਖੰਡ ਦੇ ਵਿੱਚ ਨਿਰੰਕਾਰ ਵਸਦਾ, ਤੇ ਕਰਦਾ ਕੀ ਵਸਦਾ ਤਾਂ ਨਿਰੰਕਾਰ ਸੱਚਖੰਡ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਨੇ, ਤੇ ਕਰਦੇ ਕੀ ਨੇ? ਕਰਦੇ ਨੇ ਆਪਣੀ ਨਜ਼ਰ ਖੁਸ਼ੀਆਂ ਦੀ ਮੇਰਾ ਨਿਹਾਲ ਹੋ। ਸਾਰੇ ਪੜੋ, ਸੱਚਖੰਡ ਵਿੱਚ ਨਿਰੰਕਾਰ ਵਸਦਾ, ਕਰ ਕਰ ਵੇਖੇ ਨਦਰ ਨਿਹਾਲ ਵਸ। ਉਹ ਸੱਚਖੰਡ ਦੇ ਨਿਰੰਕਾਰ ਵਸਦਾ, ਕਰ ਕਰ ਵੇਖੇ ਨਦਰ ਨਿਹਾਲ ਵਸਦਾ। ਸੱਚਖੰਡ ਵਿੱਚ ਨਿਰੰਕਾਰ ਵਸਦਾ, ਸੱਚਖੰਡ ਵਿੱਚ ਨਿਰੰਕਾਰ ਵਸਦਾ।
ਆਪਣੀ ਨਜ਼ਰ ਕਰਕੇ ਤਾਂ ਮੇਰ ਦੀ ਨਜ਼ਰ ਨਾਲ ਬੇੜੇ ਬੰਨੇ ਲਾਉਂਦੇ ਆ, ਮੇਰ ਦੀ ਨਜ਼ਰ ਕਰਕੇ ਦੁੱਖ ਕਰਦੇ ਆ। ਤੇ ਇਹ ਗੁਰਪੁਰਬ ਇਸ ਤਰ੍ਹਾਂ ਹੀ ਮਨਾਏ ਜਾਣੇ ਚਾਹੀਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦੇ ਅੱਜ ਪੂਰੇ ਪ੍ਰਸੰਨ ਨੇ ਜਿਨ੍ਹਾਂ ਨੇ ਇਹ ਰਾਤ ਗੁਰੂ ਦੇ ਚਰਨਾਂ ਵਿੱਚ ਲਾਈ। ਅੱਜ ਦਿਨ ਸੀ ਬੁੱਧਵਾਰ, ਬਾਬੇ ਮਹਾਰਨਾਮ ਸਿੰਘ ਦਾ ਮੱਸਿਆ ਸੀ, ਮੱਸਿਆ ਦਾ ਪਵਿੱਤਰ ਦਿਹਾੜਾ ਹੈ। ਫਿਰ ਦੀਵਾਲੀ ਸੀ, ਦੀਵਾਲੀ ਦੇ ਨਾਲ ਬੜੇ ਗੁਰਪੁਰਬ ਧਰਮਾਂ ਦੇ ਜੁੜੇ ਹੋਏ ਨੇ, ਮੁਸਲਮਾਨਾਂ ਦੇ ਵੀ, ਹਿੰਦੂਆਂ ਦੇ ਵੀ, ਸਿੱਖਾਂ ਦੇ ਵੀ, ਹੋਰ ਵੀ ਧਰਮਾਂ ਦੇ। ਦੀਵਾਲੀ ਪੁਰਬ ਬੜਾ ਖੁਸ਼ੀ ਦਾ ਦਿਹਾੜਾ ਹੈ ਤੇ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ, ਅੱਜ ਵਿਸ਼ਕਰਮਾ ਡੇ ਆ। ਵਿਸ਼ਵ ਦੇ ਕਰਮਾਂ ਨੂੰ ਲਿਖਣ ਵਾਲੇ ਵਿਸ਼ਵ ਕਰਮਾਂ, ਉਹਨਾਂ ਦਾ ਅੱਜ ਦਿਹਾੜਾ ਹੈ। ਨਿਰੰਕਾਰ ਦੇ ਵਿਸ਼ਵ ਕਰਮਾਂ, ਵਿਸ਼ਕਰਮਾਂ, ਵਿਸ਼ਵ ਕਰਮਾਂ, ਸਾਰੇ ਵਿਸ਼ਵ ਦੇ ਕਰਮਾਂ ਨੂੰ ਕਰਨ ਵਾਲੇ ਨਿਰੰਕਾਰ ਦੇ ਹੀ ਰੂਪ ਨੇ ਸਾਰੇ, ਬ੍ਰਹਮਾ, ਵਿਸ਼ਨੂੰ, ਸ਼ਿਵ, ਇਹ ਦੇਵੀ ਦੇਵਤੇ ਸਾਰੇ ਨਿਰੰਕਾਰ ਵੱਲੋਂ ਡਿਊਟੀ ਲਾਈ ਕਰ ਰਹੇ ਨੇ। ਉਹਦਾ ਹੀ ਰੂਪ ਹੈ, ਸੰਤ ਮਹਾਂਪੁਰਸ਼, ਗੁਰੂ, ਪੀਰ, ਸਾਰੇ ਉਸਦਾ ਹੀ ਰੂਪ ਨੇ। ਤੇ ਅੱਜ ਦੇ ਦਿਨ ਉਹਨਾਂ ਦੇ ਸਤਿਗੁਰਾਂ ਨੇ ਖੁਸ਼ੀਆਂ ਬਖਸ਼ੀਆਂ, ਕਿਰਪਾ ਬਖਸ਼ੀ, ਪਾਤਰ ਬਣੇ ਜਿਹੜੇ ਅੱਜ ਦੇ ਦਿਨ ਸੰਗਤ ਵਿੱਚ ਜੁੜੇ ਆ, ਜਿਹਨਾਂ ਨਾਮ ਜਪਿਆ ਹੈ, ਸਿਮਰਨ ਕਰਿਆ ਹੈ, ਉਹ ਗੁਰੂ ਦੀ ਨਜ਼ਰ ਦੇ ਪਾਤਰ ਬਣੇ ਆ। ਗੁਰੂ ਸਾਹਿਬ ਨੇ ਨਜ਼ਰ ਕੀਤੀ, ਨਜ਼ਰਾਂ ਦੇ ਨਾਲ ਹੀ ਬੇੜੇ ਪਾਰ ਹੁੰਦੇ ਆ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆ, ਨਾਨ ਕਿਵੇਂ ਜਾਣੀਏ ਸਭ ਆਪੇ ਸਚਿਆ। ਅੰਮ੍ਰਿਤ ਵੇਲਾ ਕਹਿੰਦੇ ਨੇ, ਪਰਮਾਤਮਾ ਨੂੰ ਕਿਹੜੀ ਭੇਟਾ ਦੇਣੀ ਚਾਹੀਦੀ, ਕਿਹੜੀ ਵਸਤੂ ਰੱਖਣੀ ਚਾਹੀਦੀ ਪਰਮਾਤਮਾ ਅੱਗੇ, ਤੇ ਉਹਦੇ ਅੱਗੇ ਕਿਹੜੇ ਜ਼ਬਾਨ ਚੋਂ ਬੋਲ ਬੋਲਣੇ ਚਾਹੀਦੇ ਆ, ਵੀ ਮੁੱਖ ਵਿੱਚੋਂ ਕਿਹੜੇ ਬੋਲ ਬੋਲੀਏ ਜਿਹੜੇ ਉਹਨੂੰ ਸਭ ਤੋਂ ਚੰਗੇ ਲੱਗਣ ਪਿਆਰੇ, ਤੇ ਕਿਹੜੀ ਭੇਟਾ ਰੱਖੀਏ ਉਹਦੇ ਅੱਗੇ ਜਿਹਦੇ 'ਤੇ ਉਹ ਪ੍ਰਸੰਨ ਹੋਵੇ। ਵੀ ਇੱਕ ਤਾਂ ਮੈਨੂੰ ਇਹ ਦੱਸ ਦਿਓ ਕਿ ਤੁਸੀਂ ਕਿਹੜੀ ਭੇਟਾ ਲੈ ਕੇ ਖੁਸ਼ ਹੁੰਦੇ ਹੋ, ਤੇ ਇੱਕ ਇਹ ਦੱਸ ਦਿਓ ਕਿਰਪਾ ਕਰਕੇ ਕਿ ਕਿਹੜੀ ਜ਼ਬਾਨੋਂ ਬੋਲ ਬੋਲੀਏ ਜਿਹਨਾਂ ਨੂੰ ਸੁਣ ਕੇ ਤੁਸੀਂ ਪੂਰੇ ਰੀਝ ਪ੍ਰਸੰਨ ਹੋ ਜਾਓ। ਇਹ ਸਵਾਲ ਇਹਨਾਂ ਫਿਰ ਕੀ ਅੱਗੇ ਰੱਖੀਏ,
ਜਿੱਤ ਦਿਸੇ ਦਰਬਾਰ। ਪਰਮਾਤਮਾ ਦੇ ਅੱਗੇ ਕਿਹੜੀ ਵਸਤੂ ਰੱਖੀਏ ਜਿਹਦੇ ਨਾਲ ਉਹਦਾ ਦਰਬਾਰ ਸਾਨੂੰ ਦਿਸ ਪਵੇ, ਕਿਹੜਾ ਜਿੱਥੇ ਉਹ ਮੇਰਾ ਕਰਦੇ, ਜਿੱਥੇ ਉਹ ਬੈਠਦੇ ਆ, ਜਿੱਥੇ ਉਹ ਰਹਿੰਦੇ ਆ, ਜਿੱਥੇ ਵੱਸਦੇ ਆ। ਸਾਨੂੰ ਦਰਬਾਰ ਦੀ ਸੋਝੀ ਪੈ, ਮੂੰਹੋਂ ਕਿ ਬੋਲਣ ਬੋਲੀਏ, ਜਿਸਨ ਤਰੇ ਪਿਆਰ, ਕਿਹੜੇ ਜ਼ਬਾਨ ਚੋਂ ਬੋਲੋ ਬੋਲੀਏ ਜਿਹਨਾਂ ਨਾਲ ਉਹ ਪੂਰਾ ਪਸੰਦ ਹੋ ਜਾਏ। ਕਹਿੰਦੇ ਹੁਣ ਜੇ ਤੂੰ ਗੁਰੂ ਸਾਹਿਬ ਕਹਿੰਦੇ ਤੂੰ ਸਾਨੂੰ ਪੁੱਛਦਾ, ਫਿਰ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਅੰਮ੍ਰਿਤ ਵੇਲਾ ਹੋਵੇ ਅਤੇ ਸੱਚਾ ਨਾਮ ਤੂੰ ਜਪਦਾ ਹੋਵੇ ਅਤੇ ਵਡਿਆਈਆਂ ਅਤੇ ਵਿਚਾਰਾਂ ਕਰਦਾ ਹੋਵੇ, ਵਡਿਆਈਆਂ ਸਾਹਿਬ ਦੀਆਂ ਅਤੇ ਵਿਚਾਰਾਂ ਗੁਰਬਾਣੀ ਦੀਆਂ ਆਪਦੇ ਜੀਵਨ ਦੀਆਂ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਇਹ ਗੁਰੂ ਸਾਹਿਬ ਨੇ ਬਚਨ ਦਿੱਤੇ ਆ ਕਿ ਜੇ ਭਾਈ ਤੂੰ ਸਾਨੂੰ ਪੁੱਛਣਾ ਹੈ ਨਾ ਵੀ ਅਸੀਂ ਕਿਹਦੇ 'ਤੇ ਖੁਸ਼ ਹਾਂ, ਕਿਹੜੀ ਭੇਟਾ ਪ੍ਰਵਾਨ ਕਰਦੇ ਹਾਂ, ਸਾਨੂੰ ਸਾਡੇ ਵਾਸਤੇ ਸਾਰਿਆਂ ਤੋਂ ਵੱਡੀ ਜਿਹੜੀ ਹੈ ਨਾ ਮਾਇਆ ਧਨ ਨਹੀਂ, ਖਾਣਾ ਪੀਣਾ ਨਹੀਂ, ਪਦਾਰਥ ਕੱਪੜੇ ਨਹੀਂ, ਸਾਡੇ ਵਾਸਤੇ ਤਾਂ ਸਭ ਤੋਂ ਵੱਡੀ ਭੇਟਾ ਹੈ ਕਿ ਅੰਮ੍ਰਿਤ ਵੇਲਾ ਸਾਡੇ ਅੱਗੇ ਰੱਖ ਆਖੋ ਸੀ, ਉਹ ਸਾਨੂੰ ਭੇਟਾ ਕਰ। ਅਤੇ ਫਿਰ ਇਹ ਨਾ ਕਰੀ ਕਿ ਵੀ ਅੰਮ੍ਰਿਤ ਵੇਲਾ ਗੁਰੂ ਨੂੰ ਦੇ ਤਾ ਹੈ ਅਤੇ ਕੰਮ ਆਪਦੇ ਕਰੀ ਜਾਏ, ਨਹੀਂ, ਉਹਦੇ ਨਾਲ ਸ਼ਰਤਾਂ ਨੇ ਕਿ ਅੰਮ੍ਰਿਤ ਵੇਲਾ ਹੋਵੇ ਅਤੇ ਸੱਚਾ ਨਾਮ ਹੋਵੇ, ਵਡਿਆਈਆਂ ਪਰਮੇਸ਼ਰ ਦੀਆਂ ਹੋਣ ਅਤੇ ਵਿਚਾਰ ਆਪਣੀ ਜ਼ਿੰਦਗੀ ਦੀ ਜੀਵਨ ਦੀ ਹੋਵੇ। ਅਤੇ ਫਿਰ ਭਾਈ ਗੁਰਮੁਖਾ ਫਿਰ ਕੀ ਹੋਏਗਾ, ਅਤੇ ਕਰਮੀ ਆਵੇ ਕੱਪੜਾ, ਕੱਪੜਾ ਕਰਮਾਂ ਦਾ ਆ ਸਰੀਰ ਕੱਪੜਾ, ਇਹਨੇ ਫੜ ਵੀ ਜਾਣਾ ਨਾ, ਕਹਿੰਦੇ ਪਿਆ ਪੁਰਾਣਾ ਚੋਲਾ, ਇਹ ਕੱਪੜਾ ਪੁਰਾਣਾ ਹੋ ਗਿਆ, ਫੜਦਾ ਜਾਂਦਾ ਹੈ, ਸਰੀਰ ਸਾਡਾ ਕੱਪੜਾ ਹੈ, ਇਹਦੇ ਵਿੱਚ ਜਿਹੜੀ ਜਾਨ ਹੈ ਉਹ ਪਰਮਾਤਮਾ ਦੀ ਦਿੱਤੀ ਹੋਈ ਹੈ। ਜਦੋਂ ਜਮ ਲੈ ਕੇ ਜਾਂਦੇ ਆ ਉਦੋਂ ਮੁੱਠੀ ਵਿੱਚ ਰੱਖ ਲੈਂਦੇ ਹੱਥ 'ਚ, ਇੰਨੀ ਕੁ ਜਮਦੂਤ ਆਉਂਦੇ ਆ ਅਤੇ ਆਪਣੇ ਹੱਥ ਵਿੱਚ ਨਾ ਮੁੱਠੀ ਦੇ ਵਿੱਚ ਬੰਦੇ ਦੀ ਜਾਨ ਨੂੰ ਬੰਦ ਕਰਕੇ ਲੈ ਜਾਂਦੇ, ਉਹਨੂੰ ਫਿਰ ਬੜੇ ਦੁੱਖ ਤਸੀਹੇ ਦਿੰਦੇ ਆ, ਉਸ ਜਾਨ ਨੂੰ ਬਹੁਤ ਤੜਫਾਉਂਦੇ ਆ। ਜਿਵੇਂ ਸਰੀਰ 'ਚ ਕੌਣ ਤੜਫਦਾ ਹੈ, ਸਰੀਰ ਵਿੱਚ ਕਿਹਨੂੰ ਦੁੱਖ ਹੁੰਦਾ ਹੈ, ਕੌਣ ਰੋਂਦਾ ਹੈ, ਕਿਹਨੂੰ ਭੁੱਖ ਹੈ, ਕਿਹਨੂੰ ਦੁੱਖ, ਕਿਹਨੂੰ ਤਕਲੀਫ, ਉਹ ਭਾਈ ਨਿੱਕੀ ਜਿਹੀ ਜਾਨ ਹੈ ਜਿਹੜੀ ਮੁੱਠੀ 'ਚ ਆ ਜਾਂਦੀ, ਅਤੇ ਜੇ ਇਹ ਨਿਕਲ ਜੇ ਫਿਰ ਸਰੀਰ ਨੂੰ ਭੁੱਖ ਲੱਗੇਗੀ, ਦੁੱਖ ਹੋਏਗਾ, ਖੁਸ਼ੀ ਹੋਏਗੀ, ਕੱਖ ਵੀ ਨਹੀਂ ਹੋਏਗਾ। ਮ੍ਰਿਤਕ ਕੋ ਜਿਵੇਂ ਕਹਿੰਦੇ ਮਰੇ ਹੋਏ ਨੂੰ ਭਾਵੇਂ ਮਿੱਟੀ 'ਚ ਦੱਬ ਦਿਓ, ਅੱਗ 'ਚ ਸਾੜ ਦਿਓ, ਉਹਦੇ 'ਤੇ ਕੋਈ ਅਸਰ ਨਹੀਂ, ਕੋਈ ਜਾ ਰਹੇ ਕੋਈ ਘੜ ਲੈ ਮਾਟੀ, ਉਹਦੇ 'ਤੇ ਕੋਈ ਅਸਰ ਨਹੀਂ। ਇਹਦੇ ਸਰੀਰ ਦੇ ਵਿੱਚ ਜਾਣ ਨੂੰ ਹੀ ਦੁੱਖ ਹੈ ਅਤੇ ਜਾਣ ਨੂੰ ਹੀ ਦੁੱਖ ਸਹਿਣੇ ਪੈਂਦੇ ਅੱਗੇ ਆਖੋ ਸੀ। ਲੇਖਾ ਦੇਣਾ ਤੇਰੀ ਜਾਣ, ਜਿਹੜੇ ਤੂੰ ਕੁਟੰਬ ਬਾਲਦਾ ਠੱਗੀਆਂ ਠੋਰੀਆਂ ਧੋਖੇ ਅੜੀਆਂ ਫੜੀਆਂ ਕਰਕੇ ਇਹਦਾ ਸਾਰਾ ਲਸਾਵ ਕਤਾ ਹੋਵੇ, ਠੱਗੀਆਂ ਮਾਰ ਕੇ ਕੁਟੰਬ ਜਿਹੜੇ ਪਾਲਦਾ ਏ ਵੇ, ਲੇਖਾ ਦੇਣਾ ਤੇਰੀ ਜਾਨ। ਖਿਆਲ ਰੱਖੀ ਉਹ ਨਿੱਕੀ ਜਿਹੀ ਜਾਨ ਜਮਦੂਤ ਹੱਥ 'ਚ ਫੜ ਕੇ ਲੈ ਜਾਂਦੇ ਆ।
ਇਸ ਤਰ੍ਹਾਂ ਸਤਵਤੀ ਸੀ ਨਾ, ਉਹਨੇ ਬੜੀ ਭਗਤੀ ਕੀਤੀ ਸੀ। ਉਹਦੇ ਪਤੀ ਨੂੰ ਜਮਦੂਤ ਕਿਹਾ ਸੀ, ਉਹਦੀ ਉਮਰ ਥੋੜ੍ਹੀ, ਜਮਦੂਤ ਆ ਗਏ ਸੀ ਲੈਣ। ਉਹਨੇ ਕੋਈ ਨਹੀਂ ਕਿਹਾ, ਉਹ ਵੇਖਦੀ ਰਹੀ। ਉਹਦੀ ਉਹਨੂੰ ਉਹਦੀ ਨਿਗਾਹ ਖੁੱਲ ਗਈ ਸੀ, ਉਹਨੂੰ ਸਭ ਦਿਸਣ ਲੱਗ ਪਿਆ ਸੀ। ਉਹ ਸਤਵੰਤੀ ਨੂੰ ਸਭ ਕੁਝ ਦੇਖਦਾ ਸੀ, ਪਤਾ ਚੱਲਦਾ ਸੀ। ਉਹਦੇ ਚ ਬਲ ਸ਼ਕਤੀ ਆ ਗਈ ਸੀ ਦੇਖਣ ਦੀ। ਨਾ ਦੇਖਣੀਆਂ ਜਿਹੜੀਆਂ ਚੀਜ਼ਾਂ ਨੇ ਉਹ ਦਿਸਣ ਲੱਗ ਪੈਂਦੀਆਂ ਨੇ। ਉਹ ਫਿਰ ਜਮਦੂਤਾਂ ਜਮ ਦੇ ਮਗਰੀ ਤੁਰ ਪਈ। ਜਮ ਨੇ ਕਿਹਾ ਵੀ ਤੂੰ ਜਾ ਵਾਪਸ, ਤੂੰ ਜੋ ਕੁਝ ਸਾਡੇ ਤੋਂ ਮੰਗਣਾ ਹੈ ਮੰਗ ਲੈ, ਪਰ ਸਾਡੇ ਪਿੱਛੋਂ ਚਲੀ ਜਾ, ਤੈਨੂੰ ਅਸੀਂ ਬਾਹਰ ਦੇ ਦਿੰਦੇ ਹਾਂ, ਅਸੀਂ ਇਹਦਾ ਹਿਸਾਬ ਕਰਨਾ ਜਾ ਕੇ। ਕਹਿੰਦੀ ਮੈਂ ਤੁਹਾਨੂੰ ਕੋਈ ਤਕਲੀਫ ਨਹੀਂ ਦਿੰਦੀ, ਮੈਨੂੰ ਧਰਮ ਸ਼ਾਸਤਰਾਂ ਚੋਂ ਇਹ ਪਤਾ ਲੱਗਿਆ ਕਿ ਮਹਾਂਪੁਰਖਾਂ ਦੇ ਪਿੱਛੇ ਪਿੱਛੇ ਚੱਲਣਾ ਬਹੁਤ ਹੀ ਪੁੰਨ ਹੁੰਦਾ ਹੈ, ਉਹਨਾਂ ਨਾਲ ਚੱਲਣਾ, ਉਹਨਾਂ ਦੇ ਨਾਲ ਤੁਰਨਾ। ਮੈਂ ਇਸ ਕਰਕੇ ਤੁਰਦੀ। ਕਹਿੰਦੇ ਤੂੰ ਪਿੱਛੇ ਮੁੜ ਜਾ, ਵਰ ਲੈ ਲਾ। ਕਹਿੰਦੀ ਜੀ ਦਿਓ, ਵਰ ਦੇ ਦਿਓ। ਕਹਿੰਦੇ ਮੇਰੇ ਬਾਪ ਦੇ ਘਰ ਪੁੱਤਰ ਨਹੀਂ ਹੋਇਆ, 100 ਪੁੱਤਰ ਦੇ ਦਿਓ। ਉਹਨਾਂ ਕਿਹਾ ਠੀਕ ਹੈ, ਬਾਪ ਦੇ ਘਰ ਇਕੱਲੀ ਬੇਟੀ ਸੀ। ਅਤੇ ਫਿਰ ਉਹਨਾਂ ਨੇ ਉਹ ਤੁਰ ਪਏ, ਇਹ ਫਿਰ ਨਾਲ ਤੁਰ ਪਈ। ਉਹਨਾਂ ਕਿਹਾ ਵੀ ਤੂੰ ਮੁੜ ਜਾ ਵਾਪਸ, ਸਾਨੂੰ ਜਾਣ ਦੇ। ਪਤੀ ਦੀ ਜਾਨ ਉਹਦੀ ਜਮ ਦੀ ਮੁੱਠੀ ਵਿੱਚ ਸੀ। ਉਹ ਕਹਿੰਦੀ ਜੀ ਮਹਾਂਪੁਰਸ਼ਾਂ ਦੇ ਨਾਲ ਚੱਲਣਾ, ਮਹਾਂਪੁਰਸ਼ਾਂ ਦੀ ਸੰਗਤ ਵਿੱਚ ਰਹਿਣਾ, ਮੈਂ ਤਾਂ ਆਪਦੇ ਪੁੰਨ ਬਣਾਉਣ ਵਾਸਤੇ, ਕਰਮ ਧਰਮ ਬਣਾਉਣ ਵਾਸਤੇ ਤੁਹਾਡੇ ਨਾਲ ਤੁਰਦੀ ਹਾਂ। ਮੈਨੂੰ ਇਹ ਪੁੰਨ ਫਲ ਮਿਲਦਾ, ਸੁੱਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ। ਕਹਿੰਦੇ ਤੂੰ ਹੋਰ ਮੰਗਣਾ ਬਾਹਰ। ਕਹਿਣ ਲੱਗੀ ਮੇਰੇ ਸਹੁਰੇ ਦੇ ਘਰ ਵੀ ਕਿਰਪਾ ਕਰੋ, ਅੰਧੇ ਆ, ਉਹਨਾਂ ਦੀਆਂ ਸੱਸ ਸਹੁਰੇ ਦੀਆਂ ਅੱਖਾਂ ਚਲੀਆਂ ਗਈਆਂ ਨੇ, ਠੰਡੇ ਹੋ ਗਏ ਨੇ, ਉਹਨਾਂ ਨੂੰ ਅੱਖਾਂ ਬਖਸ਼ੋ ਅਤੇ ਉਹਨਾਂ ਦਾ ਰਾਜ ਭਾਗ ਜਿਹੜਾ ਖੁੱਸਿਆ ਹੈ ਉਹ ਰਾਜ ਭਾਗ ਬਖਸ਼ੋ। ਸੱਸ ਸਹੁਰਾ ਰਾਜੇ ਸੀ, ਕਿਸੇ ਨੇ ਰਾਜ ਖੋਲਿਆ, ਰਾਜੇ ਨੇ ਤੋਂ ਜੰਗਲਾਂ ਵਿੱਚ ਆ ਗਏ ਸੀ ਵੀ ਉਹਨਾਂ ਦਾ ਰਾਜ ਭਾਗ ਮਿਲ ਜੇ ਅਤੇ ਉਹਨਾਂ ਦੀ ਨਿਗਾਹ ਮਿਲ ਜੇ। ਕਹਿੰਦੇ ਠੀਕ ਹੈ, ਤੇਰੇ ਸੱਸ ਸਹੁਰੇ ਨੂੰ ਰਾਜ ਭਾਗ ਮਿਲ ਜਾਏਗਾ, ਨਿਗਾਹ ਮਿਲ ਜਾਏਗੀ, ਤੂੰ ਵਾਪਸ ਚਲੀ ਜਾ। ਵਰ ਦੇ ਦਿੱਤਾ, ਫਿਰ ਤੁਰ ਪਏ, ਫਿਰ ਪਿੱਛੇ ਤੁਰ ਪਈ। ਉਹਨਾਂ ਨੇ ਕਿਹਾ ਵੀ ਇਹਦੇ ਤੋਂ ਕਿਵੇਂ ਖਹਿੜਾ ਛੁਡਾਈਏ, ਇਹ ਸੁਹਾਗਵੰਤੀ, ਇਹ ਪਤੀ ਆ ਰਹੀ, ਇਹਨੇ ਪਤੀ 'ਤੇ ਬਹੁਤ ਭਰੋਸਾ ਰੱਖਿਆ ਹੈ, ਇਹਨੂੰ ਹੁਣ ਕਰ ਤਾਂ ਕੋਈ ਨਹੀਂ ਸਕਦੇ, ਚਲੋ ਹੋਰ ਵਾਰ ਦੇ ਦਿਓ। ਕਹਿਣ ਲੱਗੇ ਤੂੰ ਹੋਰ ਵਾਰ ਲੈ ਲਾ, ਜੋ ਹੋਰ ਵਾਰ ਚਾਹੀਦਾ ਅਸੀਂ ਦਿੰਦੇ ਹਾਂ। ਕਹਿੰਦੇ ਜੀ ਫਿਰ ਕਿਰਪਾ ਕਰੋ, ਕਿਰਪਾ ਕਰੋ ਮੇਰੇ 'ਤੇ 100 ਪੁੱਤਰ ਦੀ ਦਾਤ ਮੈਨੂੰ ਬਖਸ਼ੋ। ਆਖੋ ਸੀ 100 ਪੁੱਤਰ ਮਾਂ ਪਿਓ ਵਾਸਤੇ, 100 ਆਪਦੇ ਵਾਸਤੇ। ਹੁਣ ਉਹ ਸੋਚਾਂ 'ਚ ਪੈ ਗਏ ਵੀ ਇਹਦੇ ਪਤੀ ਨੂੰ ਛੱਡਾਂਗੇ ਤਾਂ ਪੁੱਤਰ ਮਿਲੇਗਾ। ਅਖੀਰੀ ਉਹਦੇ ਪਤੀ ਨੂੰ ਉਹ ਛੱਡ ਕੇ ਹੀ ਚਲੇ ਗਏ। ਲੈ 100 ਪੁੱਤਰ ਦਾ ਵਰ ਤੈਨੂੰ ਦਿੰਦੇ ਹਾਂ, 100 ਦਾ ਉਸ ਸੱਤਿਆਵੰਤੀ ਸੁਹਾਗਣੀ ਨੂੰ, 100 ਪੁੱਤਰ ਦਾ ਉਹਦੇ ਮਾਤਾ ਪਿਤਾ ਨੂੰ, ਉਹਨਾਂ ਦੇ ਘਰ ਪੁੱਤਰ ਨਹੀਂ ਹੋਇਆ ਸੀ, ਇਕੱਲੀ ਧੀ ਜੰਮੀ ਸੀ, ਅਤੇ ਮਾਂ ਪਿਓ ਦਾ ਰਾਜ ਖੁੱਸਿਆ ਹੋਇਆ ਵਾਪਸ,
ਇਹ ਭਰੋਸਿਆਂ ਨੂੰ ਸਿਦਕ ਨੂੰ ਪਾਗ ਲੱਗਦੇ, ਭਰੋਸੇ ਨੂੰ ਸਿਦਕ ਨੂੰ ਪਾਗ ਲੱਗਦੇ। ਜਦੋਂ ਇਹਦੇ ਪਤੀ ਨਾਲ, ਇਹਦਾ ਪਤੀ ਜਿਹੜਾ ਬਹੁਤ ਗਰੀਬ ਸੀ, ਬਾਹਰ ਰਹਿੰਦਾ ਸੀ, ਇਹ ਬਹੁਤ ਕੰਨਿਆ ਹੁਸ਼ਿਆਰ ਸੀ, ਭਗਤੀ ਵਾਲੀ, ਬੰਦਗੀ ਵਾਲੀ, ਸਿਮਰਨ ਵਾਲੀ, ਕੱਲੀ ਕੱਲੀ ਕੰਨਿਆ ਸੀ ਮਾਂ ਪਿਓ ਦੇ ਘਰ, ਅਤੇ ਮਾਂ ਪਿਓ ਨੇ ਵੇਖਿਆ ਵੀ ਮਾਂ ਪੁਰਸ਼ਾਂ ਕੋਲ ਛੱਡਿਆ ਵਿੱਦਿਆ ਪੜ੍ਹਨ ਵਾਸਤੇ, ਸਾਧੂ ਸੰਤਾਂ ਦੇ ਕੋਲ ਇਹ ਬੱਚੀ ਨੂੰ ਛੱਡਿਆ ਰਾਜੇ ਨੇ ਵਿੱਦਿਆ ਪੜ੍ਹਨ ਵਾਸਤੇ। ਸਾਧੂ ਸੰਤਾਂ ਮਹਾਂਪੁਰਖਾਂ ਨੇ ਬਹੁਤ ਸਮੱਤ ਬਖਸ਼ੀ, ਇਹ ਕੰਨਿਆ ਬਹੁਤ ਹੀ ਜਸਤ ਵਾਲੀ ਅਤੇ ਬੜੇ ਧੀਰਜ ਵਾਲੀ, ਬੜੇ ਭਰੋਸੇ ਵਾਲੀ, ਕਦੀ ਵੀ ਮਨ ਨਹੀਂ ਡੋਲਦਾ, ਇੰਨੀ ਇੰਨੀ ਕਿਰਪਾ ਕਰਦੀ ਮਹਾਂਪੁਰਖਾਂ ਦੀ ਸੰਗਤ। ਮਾਂ ਬਾਪ ਨੇ ਵੇਖਿਆ ਵੀ ਇਹ ਲੜਕੀ ਆਪਣੇ ਆਪ 'ਚ ਸਾਡੇ ਤੋਂ ਵੀ ਸਿਆਣੀ, ਬਹੁਤ ਨਾਮ ਸਿਮਰਨ ਕਰਨ ਵਾਲੀ, ਹੁਣ ਇਹ ਸਾਡੇ ਤੋਂ ਸਿਆਣੀ, ਇਹਦਾ ਪਤੀ ਅਸੀਂ ਲੱਭੀਏ ਤਾਂ ਠੀਕ ਨਹੀਂ। ਉਹਨਾਂ ਕਿਹਾ ਬੇਟਾ ਤੂੰ ਆਪਣੇ ਪਤੀ ਦੀ ਆਪ ਢੂੰਡ ਕਰ, ਆਪ ਲੱਭ, ਤੈਨੂੰ ਨਿਰੰਕਾਰ ਤੇਰੇ ਨਾਲ ਹੈ ਰੱਬ, ਤੈਨੂੰ ਬੜੀ ਸਮਾਤ, ਤੂੰ ਬਹੁਤ ਸੋਹਣਾ ਵਰ ਢੂੰਡੇਗੀ, ਸਾਡੇ 'ਚ ਉਹ ਗੁਣ ਨਹੀਂ, ਅਸੀਂ ਤੇਰੇ ਵਾਸਤੇ ਵਰ ਢੂੰਡ ਲਈਏ। ਬਾਹਰ ਢੂੰਡਣ ਵਾਸਤੇ ਪਰਮਾਤਮਾ ਦੀ ਕਿਰਪਾ ਚਾਹੀਦੀ, ਸੋਝੀ ਹੋਣੀ ਚਾਹੀਦੀ, ਉਹ ਸਾਰੇ ਗੁਣ ਵੇਖਣੇ ਚਾਹੀਦੇ। ਕੱਲਾ ਹੀ ਨਹੀਂ ਕਿ ਮੁੰਡੇ ਕੋਲ ਮਾਇਆ ਹੈਗੀ ਜੀ, ਮੁੰਡੇ ਦਾ ਕੰਮ ਕਾਰ ਬੜਾ, ਉਹਦੇ ਕਰਮ ਵੀ ਦੇਖਣੇ, ਉਹਦਾ ਕੰਮ ਵੀ ਦੇਖਣਾ ਹੈ ਕਿ ਇਹਦੇ ਇਹਦੀ ਭਗਤੀ, ਇਹਦਾ ਸੰਯੋਗ ਕਿਸ ਪਾਸੇ ਹੈ, ਕਿਹੋ ਜਿਹੀ ਇੱਛਾ ਰੱਖਦਾ। ਸਾਰੇ ਗੁਣ ਵੇਖਣੇ ਚਾਹੀਦੇ, ਇਕੱਲਾ ਗੁਣ ਸੁੰਦਰਤਾ ਵੇਖ ਲਓ, ਗੱਲ 'ਚ ਫਾਹਾ ਪਾ ਲਓਗੇ, ਪੈਸਾ ਇਕੱਲਾ ਵੇਖ ਲਓ ਫਾਹਾ ਪੈ ਜਾਏਗਾ, ਸਭ ਪੱਖਾਂ ਤੋਂ ਦੇਖਣਾ ਕਿ ਇਹਨਾਂ ਇਹਨਾਂ ਦਾ ਕੋਈ ਗੁਰੂ ਪੀਰ ਮਹਾਂਪੁਰਖ ਹੈਗਾ ਹੈ, ਇਹ ਮੰਨਣ ਵਾਲੇ ਆ ਕਿ ਨਹੀਂ, ਇਹ ਇਹਨਾਂ ਦੇ ਅੰਦਰ ਗੁਰੂ ਪੂਰੇ ਮਹਾਂਪੁਰਖ ਦੀ ਕੋਈ ਸ਼ਰਮ ਹੈ, ਅਤੇ ਸੱਸ ਸਹੁਰੇ ਦੀ ਵੀ ਕਰਨਗੇ, ਪਤੀ ਦੀ ਵੀ ਕਰੇਗੀ, ਸਭ ਦੀ ਰਿਸ਼ਤੇਦਾਰਾਂ ਦੀ ਵੀ ਸ਼ਰਮ ਕਰੇਗੀ। ਜੇ ਇਹਦੇ ਅੰਦਰ ਗੁਰੂ ਦੀ ਸ਼ਰਮ ਨਹੀਂ, ਮਹਾਂਪੁਰਖ ਕੋਈ ਨਹੀਂ ਇਹਨਾਂ ਦਾ, ਅਤੇ ਫਿਰ ਇਹ ਨਿਗੁਣੀ ਗੁਣ ਨਹੀਂ, ਕੰਮ ਕਾਰ ਕਿਰਤ ਕਿਹੋ ਜੀ, ਕੁੱਲ ਕਿਹੋ ਜੀ ਇਹਨਾਂ ਦੀ, ਕਿਹੋ ਜਿਹੇ ਵੱਡੇ ਵਡੇਰੇ ਸੀ, ਕਿਹੋ ਜਿਹੇ ਇਹ ਆ, ਕੁੱਲ ਤਾਂ ਨਹੀਂ ਮਾੜੀ, ਸਭ ਕੁਝ ਵੇਖ ਕੇ। ਹੁਣ ਇਹ ਕੁੜੀ ਲੜਕੀ ਕੰਨਿਆ ਬੜੀ ਸਿਆਣੀ, ਸੋ ਜੀ ਮਹਾਂਪੁਰਖਾਂ ਨੇ ਇੰਨਾ ਪੜ੍ਹਾਇਆ, ਮਾਂ ਪਿਓ ਰਾਜਾ ਰਾਣੀ ਨੇ ਵੇਖਿਆ ਵੀ ਇਹ ਤਾਂ ਤਾਨੇ ਕੰਨਿਆ, ਸੇਵਾ ਤੋਂ ਪ੍ਰਾਪਤ ਹੋਈ ਸੀ ਲੜਕੀ, ਸੇਵਾ ਕਰਕੇ ਮਹਾਂਪੁਰਖਾਂ ਦੀ ਬਹੁਤ ਸੇਵਾ ਕੀਤੀ ਸੀ ਰਾਜਾ ਰਾਣੀ ਨੇ, ਅਤੇ ਫਿਰ ਸੇਵਾ ਦਾ ਫਲ ਮਾੜਾ ਨਹੀਂ ਹੋ ਸਕਦਾ। ਸੇਵਾ ਕਰ ਕਰਕੇ ਇੱਕੋ ਲੜਕੀ ਮਿਲੀ, ਅਤੇ ਲੜਕੀ ਦੇ ਜਿਹੜੇ ਕਰਮ ਸੀ ਉਹ ਦੇਖੋ ਫਿਰ ਕਿਹੜੇ ਸੀ। ਮਾਂ ਬਾਪ ਨੇ ਕਿਹਾ ਢੂੰਡ ਆਪਣਾ ਵਾਰ, ਇਹ ਜੰਗਲ ਵਿੱਚ ਘੋੜੇ 'ਤੇ ਚੜ੍ਹ ਕੇ ਜਾਵੇ, ਕਰੇ ਸ਼ਿਕਾਰ ਖੇਡੇ ਜਾਂ ਕਿਸ ਤਰ੍ਹਾਂ ਵੀ। ਉੱਥੇ ਇੱਕ ਰਾਜਾ ਅਤੇ ਰਾਣੀ ਅਤੇ ਇੱਕ ਉਹਨਾਂ ਦਾ ਬੇਟਾ, ਜਿਹਦੇ ਤੋਂ ਰਾਜ ਭਾਗ ਰਾਜੇ ਨੇ ਖੋੜਿਆ ਸੀ, ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਉਹ ਜਾਨ ਬਚਾ ਕੇ ਜੰਗਲ ਵਿੱਚ ਆਇਆ ਸੀ, ਇਹਨੇ ਉਹਨਾਂ ਦੇ ਵੇਖੇ ਸਾਰੇ ਲਸ਼ਕਰ, ਸਾਰਿਆਂ ਲੱਛਣਾਂ ਵਿੱਚ ਦੇਖਿਆ ਵੀ ਇਹ ਲੜਕਾ ਜਿਹੜਾ ਹੈ ਪੂਰਾ ਹੈ, ਰਹਿੰਦੇ ਚੁੱਕੀ 'ਚ ਸੀ, ਇਹ ਰਾਜ ਭਾਗ ਮਹਿਲਾਂ 'ਚ। ਇਹਨੇ ਕਿਹਾ ਜੀ ਮੈਂ ਆਪਣਾ ਵਰ ਲੱਭ ਲਿਆ ਲੜਕਾ, ਇਸ ਤਰ੍ਹਾਂ ਜੰਗਲ 'ਚ ਰਹਿੰਦੇ ਆ, ਲੱਕੜਾਂ ਕੱਟ ਕੇ ਗੁਜ਼ਾਰਾ ਕਰਦੇ ਆ,
ਤੇ ਮੈਨੂੰ ਭਗਤੀ ਚਾਹੀਦੀ ਸਿਮਰਨ, ਮੈਨੂੰ ਜਿਹੜੀ ਸਮਾਧੇ ਮਹਾਂਪੁਰਖਾਂ ਦੀ ਭਗਤੀ ਸਿਮਰਨ ਤੋਂ ਉੱਤੇ ਕੋਈ ਵੀ ਚੀਜ਼ ਨਹੀਂ। ਮੈਂ ਨਾਮ ਜਪਣਾ, ਸਿਮਰਨ ਕਰਨਾ, ਭਗਤੀ ਕਰਨੀ ਕੁਝ ਵੀ ਮੇਰੇ ਮਨ ਦੀ ਇੱਛਾ। ਮੈਨੂੰ ਉਹ ਘਰ ਪਸੰਦ ਹੈ, ਲੜਕਾ ਪਸੰਦ ਹੈ, ਝੁੱਗੀ 'ਚ ਰਹਿੰਦੇ ਆ, ਲੱਕੜਾਂ ਕੱਟ ਕੇ ਬਾਜ਼ਾਰ 'ਚ ਵੇਚ ਕੇ ਉਹਦੇ ਨਾਲ ਸਿੱਧਾ ਲਿਆ ਕੇ ਗੁਜ਼ਾਰਾ ਕਰਦੇ ਆ। ਮਾਂ ਬਾਪ ਨੇ ਕਿਹਾ ਠੀਕ ਹੈ, ਅਸੀਂ ਉੱਥੇ ਬਾਹਰ ਕਰ ਵਿਆਹ ਦਿੰਦੇ ਹਾਂ। ਜਦੋਂ ਵਿਆਹ ਤਾਂ ਤੇ ਨਾਰਦ ਮੁਨੀ ਜੀ ਆਏ ਉੱਥੇ, ਸੰਯੋਗ ਜਦੋਂ ਕਰਨ ਲੱਗੇ ਨਾ ਵਿਆਹ ਦਾ, ਇਹਨੇ ਪਸੰਦ ਕਰ ਲਿਆ, ਪਤੀ ਮੰਨ ਲਿਆ। ਨਾਰਦ ਮੁਨੀ ਜੀ ਆਏ ਰਾਜੇ ਕੋਲ, ਕਹਿਣ ਲੱਗੇ ਰਾਜਾ ਜਿਸ ਪਾਸੇ ਤੂੰ ਕੰਨਿਆ ਦਾ ਵਿਆਹ ਕਰਨ ਲੱਗਾ ਏ ਉਹਦੀ ਉਮਰ ਬੜੀ ਥੋੜ੍ਹੀ ਹੈ, ਉਹਨੇ ਮਰ ਜਾਣਾ। ਉਹਦੀ ਉਮਰ ਬੜੀ ਘੱਟ ਏ, ਉਹਨੇ ਮਰ ਜਾਣਾ ਅਤੇ ਇਸ ਕੰਨਿਆ ਦਾ ਵਿਆਹ ਕਿਸੇ ਹੋਰ ਚੰਗੀ ਉਮਰਾਂ ਵਾਲੇ ਚੰਗੇ ਰਾਜ ਘਰਾਣੇ 'ਚ ਕਰੋ। ਕਾਰੋਬਾਰ ਉਹਨਾਂ ਦਾ ਹੈ ਨਹੀਂ, ਜੰਗਲ 'ਚ ਰਹਿੰਦੇ ਆ, ਰਾਜ ਭਾਵ ਖੁਸ਼ੀ ਹੈ, ਅੱਖਾਂ ਤੋਂ ਅੰਧੇ ਆ। ਪਤੀ ਜਿਹੜਾ ਇਹਨੇ ਚੁਣਿਆ ਉਹਦੀ ਉਮਰ ਹੀ ਨਹੀਂ ਹੈਗੀ। ਇਹਨੂੰ ਕਿਹਾ, ਇਹ ਕਹਿਣ ਲੱਗੀ ਜਿਸ ਨੂੰ ਮੈਂ ਪਤੀ ਮੰਨ ਲਿਆ ਹੈ ਨਾ, ਜੇ ਅੱਜ ਮੈਂ ਧਰਮੋਂ ਡੋਲਦੀ ਹਾਂ ਨਾ ਤਾਂ ਮੇਰਾ ਧਰਮ ਜਾਂਦਾ ਹੈ। ਜਿਹਦਾ ਧਰਮ ਚਲਾ ਜਾਵੇ ਉਹਦਾ ਬਾਕੀ ਰਹਿੰਦਾ ਵੀ ਕੱਖ ਨਹੀਂ। ਜਿਹਦਾ ਧਰਮ ਗਿਆ ਨਾ ਉਹ ਮਰਿਆ ਹੋਇਆ ਹੈ, ਉਹ ਜਿਉਂਦਾ ਨਹੀਂ। ਮੇਰਾ ਧਰਮ ਜਾਂਦਾ ਹੈ। ਮੈਂ ਜਿਹਨੂੰ ਪਤੀ ਮੰਨ ਲਿਆ ਹੈ, ਭਾਵੇਂ ਉਹਦੀ 20 ਦਿਨ ਦੀ ਉਮਰ ਹੈ, 50 ਦਿਨ ਦੀ ਹੈ, 60 ਦਿਨ ਦੀ ਹੈ, 6 ਮਹੀਨੇ ਦੀ ਹੈ, ਸਾਲ ਦੀ ਹੈ, ਮੇਰਾ ਤਾਂ ਉਹੀ ਪਤੀ ਹੈ, ਉਹੀ ਰੱਬ ਹੈ, ਉਹੀ ਘਰ, ਸਭ ਕੁਝ ਜਿਹਨੂੰ ਮੈਂ ਮੰਨ ਲਿਆ। ਮਾਂ ਬਾਪ ਨੇ ਕਿਹਾ ਠੀਕ ਹੈ, ਇਹਦਾ ਪੜ੍ਹਨ ਨਹੀਂ, ਇਹਦਾ ਨੇਮ ਨਹੀਂ ਜਿਵੇਂ, ਅਸੀਂ ਇਸ ਲੜਕੀ ਦੇ ਅੱਗੇ ਕੋਈ ਕਿਸੇ ਗੱਲ ਦਾ ਟਿੱਕਾ ਨਹੀਂ ਪਾਉਂਦੇ। ਮਹਾਂਪੁਰਖਾਂ ਨੇ ਸਾਨੂੰ ਕਿਹਾ ਸੀ ਤੁਹਾਡੇ ਘਰ ਬੇਟੀ ਹੋਏਗੀ, ਸੇਵਾ ਦਾ ਫਲ ਮਿਲੇਗਾ, ਆ ਉਹਦਾ ਨਾਂ ਰੱਖਿਓ ਵੀ ਉਹਨੂੰ ਟੋਕਿਓ ਨਾ, ਕਿਸੇ ਵੀ ਗੱਲ ਤੋਂ ਰੋਕਿਓ ਨਾ, ਇਹਨੂੰ ਅਸੀਂ ਮਨਾ ਨਹੀਂ ਕਰਨਾ, ਇਹਦੀ ਮਰਜ਼ੀ। ਨਾਰਦ ਜੀ ਚਲੇ ਗਏ, ਇਹਦਾ ਵਿਆਹ ਹੋ ਗਿਆ। ਪਤੀ ਲੱਕੜਾ ਕੱਟ ਕੇ ਵੇਚਦਾ ਸੀ, ਸਿੱਧਾ ਲਿਆਉਂਦਾ ਸੀ, ਗੁਜ਼ਾਰਾ ਕਰਦੇ ਸੀ, ਨਾਮ ਜਪਦੇ ਸੀ। ਬਾਣੀ 'ਚ ਉਹਨਾਂ ਕਿਹਾ ਮਹਾਂਪੁਰਖਾਂ ਦੀ ਝੁੱਗੀ ਚੰਗੀ ਹੈ, ਕਾਹਦੇ ਨਾਲੋਂ, ਵੱਡੇ ਵੱਡੇ ਮਹਿਲਾਂ ਨਾਲ। ਪਾਠਕ ਸੱਤੀ ਗਾਉ, ਕਿਸੀ ਕਾਮਨਾ ਧੌਲ ਹਰ ਜਾਂ ਹਰ ਬਿਸਰਾ, ਭਲੀ ਸੁਹਾਵੀ ਛਾਪਰੀ, ਛਪਰੀ ਚੰਗੀ ਹੈ ਜਿੱਥੇ ਰੱਬ ਦੇ ਗੁਣ ਗਾਏ ਜਾਂਦੇ ਆ। ਉਹ ਵੱਡੇ ਵੱਡੇ ਮਹਿਲ ਕਿਸੇ ਕੰਮ ਦੇ ਨਹੀਂ, ਰਾਜਿਆਂ ਮਹਾਰਾਜਿਆਂ ਦੇ, ਜਿੱਥੇ ਜ ਰੱਬ ਦਾ ਨਾਮ ਨਹੀਂ, ਸਿਮਰਨ ਨਹੀਂ, ਭਗਤੀ ਨਹੀਂ, ਕਲਯੁਗ ਨੱਚਦਾ ਨੰਗਾ, ਉਹ ਕਿਸੀ ਕਾਮਨਾ ਧੌਲ ਹਰ, ਜਿੱਥੇ ਰੱਬ ਭੁੱਲਦਾ ਹੈ। ਮਹਾਂਪੁਰਸ਼ਾਂ ਦੀ ਛਪਰੀ ਭਲੀ ਹੈ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਜਿੱਥੇ ਨਾਮ ਜਪਿਆ ਜਾਂਦਾ ਹੈ ਉਹ ਜੰਗਲ, ਉਹ ਅੰਧੇ ਮਾਂ ਬਾਪ, ਉਹ ਪਤੀ ਜਿਹਦੀ ਉਮਰਾਂ ਹੀ ਨਹੀਂ ਹੈਗੀ। ਮੈਨੂੰ ਪ੍ਰਵਾਨ ਹੈ ਕਿ ਉੱਥੇ ਰੱਬ ਦਾ ਨਾਮ ਹੈ, ਆਖੋ ਸੀ ਉੱਥੇ ਪਰਮੇਸ਼ਰ ਦੀ ਯਾਦ ਹੈ। ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਦੀ ਰੱਬ ਦੀ ਯਾਦ ਨਹੀਂ ਤੇ ਕਰਨਾ ਕੀ। ਵਿਆਹ ਹੋ ਗਿਆ, ਇੱਦਾਂ ਪਤੀ ਇੱਕ ਦਿਨ ਚੱਲਿਆ ਬਾਹਰ ਲੱਕੜਾਂ ਕੱਟਣ, ਇਹਨੇ ਕਿਹਾ ਵੀ ਮੈਂ ਨਾਲ ਜਾਣਾ। ਸੱਸ ਸਹੁਰਾਂ ਨੇ ਕਿਹਾ ਵੀ ਠੀਕ ਹੈ ਜਾਓ ਨਾਲ। ਇਹ ਨਾਲ ਗਈ, ਪਤੀ ਦੇ ਐਸਾ ਦਰਦ ਛਿੜਿਆ,
ਇਹਨੂੰ ਪਤਾ ਲੱਗ ਗਿਆ ਹੁਣ ਉਹ ਸਮਾਂ ਆ ਗਿਆ ਜਿਹੜਾ ਨਾਰਦ ਜੀ ਨੇ ਕਿਹਾ ਸੀ। ਇਹਨੇ ਪਤੀ ਦਾ ਸਿਰ ਆਪਦੇ ਗੋਦ ਵਿੱਚ ਰੱਖ ਲਿਆ, ਕਿਉਂਕਿ ਇਹ ਸੀ ਭਗਤੀ ਵਾਲੀ, ਮਹਾਂਪੁਰਖਾਂ ਦੀ ਦਿੱਤੀ ਹੋਈ ਦਾਤ ਸੀ, ਭਰੋਸੇ ਵਾਲੀ ਸੀ, ਧਰਮ ਵਾਲੀ ਸੀ। ਉੱਥੇ ਕੁਝ ਹੋ ਨਹੀਂ ਸਕਦਾ। ਪਤੀ ਦਾ ਸਿਰੇ ਦੀ ਝੋਲੀ 'ਚ ਤੇ ਬਸ ਉਹ ਸਮਾਂ ਆ ਗਿਆ ਜਮ ਦਿਸ ਪਏ ਨੂੰ ਪਤੀ ਨੂੰ ਮੁੱਠੀ 'ਚ ਬੰਦ ਕਰਕੇ ਲੈ ਚੱਲਿਆ। ਇਹ ਫਿਰ ਗੋਦ ਵਿੱਚ ਸਿਰੇ ਧਰਮ ਵਾਲੀ ਸਤਵੰਤੀ ਦੇ, ਧਰਮ ਰਾਜ ਵੀ ਨਹੀਂ ਕੁਝ ਕਰ ਸਕਦਾ ਜਿੰਦਾ ਧਰਮ ਹੀ ਇੰਨਾ ਵੱਡਾ ਹੈ, ਉੱਥੇ ਧਰਮ ਰਾਜ ਵੀ ਨਹੀਂ ਕਰ ਸਕਦਾ। ਜਿਹਦਾ ਸਿਰ ਸਤਵੰਤੀ ਦੀ ਗੋਦ ਵਿੱਚ ਹੋਵੇ ਹੁਣ ਉਹ ਕਿਵੇਂ ਜਾ ਸਕਦਾ ਹੈ, ਕਿਵੇਂ ਮਰ ਸਕਦਾ? ਇਹ ਫਿਰ ਮੋੜ ਕੇ ਲਿਆਈ ਵਾਪਸ। ਫਿਰ ਪਤੀ ਜੀ ਦਾ ਹੋ ਗਿਆ, ਹੁਣ ਉਮਰਾਂ ਦੇ ਹਿਸਾਬ ਕਿਤਾਬ ਥੋੜ੍ਹਾ ਆਖੋ ਸੀ। ਇਹਨੇ 100 ਪੁੱਤਰ ਮੰਗਿਆ, 100 ਆਪਦੇ ਵਾਸਤੇ, 100 ਮਾਤਾ ਪਿਤਾ ਵਾਸਤੇ, 700 ਵਾਸਤੇ ਰਾਜ, ਬਸ ਬਹਾਨਾ ਬਣ ਗਿਆ, ਰਾਜ ਭਾਗ ਇਹਨਾਂ ਨੂੰ ਵਾਪਸ ਮਿਲ ਗਿਆ। ਅਤੇ ਫਿਰ ਮਾਂ ਬਾਪ ਦੇ ਘਰ 100 ਪੁੱਤਰ 100 ਇਹਦੇ। ਹੁਣ ਤਾਂ ਕਿਸੇ ਨੂੰ ਕਹੋ ਕਹਿੰਦੇ ਵੀ ਹੁਣ ਅਸੀਂ ਬੱਚਾ ਨਹੀਂ ਲੈ ਸਕਦੇ, ਸਾਡਾ ਬੱਚਾ ਵੱਡਾ ਹੋ ਗਿਆ। ਕਿਸੇ ਨੂੰ ਕਿਉਂ ਕਹਿੰਦੇ ਜੀ ਹੁਣ ਸਾਡੇ ਬੱਚਿਆਂ ਦੇ ਘਰ ਬੱਚਾ ਹੋ ਗਿਆ, ਅਸੀਂ ਬੱਚਾ ਕਿਵੇਂ ਲਈਏ? ਇਹਨਾਂ ਦੇਖ ਲਓ ਬਰਾਬਰ ਹੀ ਚੱਲਦਾ। ਮਾਂ ਪਿਓ ਦੇ ਘਰ ਵੀ ਪੁੱਤਰ ਜੰਮਦਾ ਹੈ, ਧੀ ਦੇ ਘਰ ਵੀ ਜੰਮਦਾ ਹੈ। 100 ਪੁੱਤ ਜੰਮੇ ਉੱਧਰ ਅਤੇ 100 ਉੱਧਰ ਜੰਮੇ, ਬਰਾਬਰ ਚੱਲ ਰਿਹਾ। ਕਲਯੁਗ ਸਤਯੁਗ ਦੇ ਵਿੱਚ ਜਿਹੜੀ ਉਮਰ ਸੀ ਉਹ 10,000 ਸਾਲ ਦੀ ਸੀ, ਲੱਖ ਸਾਲ ਦੀ, ਸਤਯੁਗ ਦੇ ਵਿੱਚ ਲੱਖ ਵਰੇ ਦੀ ਯਾਦ ਆ। ਤੇ ਤ੍ਰੇਤੇ ਯੁੱਗ ਵਿੱਚ ਆ ਗਈ 10,000 ਸਾਲ ਦੀ। ਰਾਮ ਚੰਦਰ ਜੀ ਨੇ 10,000 ਸਾਲ ਰਾਜ ਕੀਤਾ ਸੀ, 10,000 ਸਾਲ ਧਰਤੀ 'ਤੇ ਰਹੇ ਸੀ। ਕੇਵਲ ਇਤਿਹਾਸ ਤਾਂ 14 ਸਾਲਾਂ ਦਾ ਹੈ, ਪਰ ਰਾਮ ਚੰਦਰ ਜੀ ਦਾ ਜੇ ਇਤਿਹਾਸ ਜਿਹੜਾ ਹੈ ਉਹ ਬਹੁਤ ਹੀ ਵੱਡਾ ਹੈ। ਪਸ਼ੂ ਪੰਛੀ ਹਰ ਇੱਕ ਦੀ ਬੋਲੀ ਸਮਝੀ ਜਾਂਦੀ ਸੀ, ਸਾਰੇ ਫਰਿਆਦ ਕਰਦੇ ਸੀ ਆਣ ਕੇ, ਜਾਨਵਰ ਵੀ ਕਰਦੇ ਸੀ ਆਣ ਕੇ। ਜਦੋਂ ਭਗਵਾਨ ਕ੍ਰਿਸ਼ਨ ਰਹੇ ਨੇ ਦੁਆਪਰ ਯੁੱਗ ਦੇ ਵਿੱਚ, ਉਦੋਂ 1,000 ਸਾਲ ਦੀ ਸੀ, ਹੁਣ 100 ਸਾਲ ਦੀ। ਸਤਯੁਗ ਵਿੱਚ ਲੱਖ ਵਰੇ ਦੀ ਉਮਰ ਸੀ। ਸਾਰੇ ਇੱਕ ਵਾਰੀ ਜਪ ਲਓ ਸਤਨਾਮ ਵਾਹਿਗੁਰੂ। ਗੁਰੂਆਂ ਦਾ ਗੁਰਪੁਰਬ ਏ, ਆਪਣੀਆਂ ਘੜੀਆਂ ਸਫਲੇ, ਅੰਮ੍ਰਿਤ ਵੇਲਾ ਏ, ਸੱਚ ਨਾਉ ਵਡਿਆਈ ਵਿਚਾਰ, ਸਾਰੇ ਜਪੋ ਸਤਨਾਮ ਵਾਹਿਗੁਰੂ ਦਾ ਜਾਪ ਜਪੋ। ਸਤਨਾਮ ਸਤ ਨਾਮ ਸਤ ਨਾਮ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਗੁਰੂ ਵਾਹਿਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ
ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਇਹ ਗੁਰਬਾਣੀ ਵਿੱਚ ਚਾਰਾਂ ਯੁੱਗਾਂ ਬਾਰੇ ਦੱਸਿਆ ਹੈ ਇਹਦੀ ਵਿਆਖਿਆ ਸਰਵਣ ਕਰਨਾ ਚਾਰ ਯੁਗ ਕਰ ਥਾਪਣਾ ਸਤ ਯੁਗ ਤ੍ਰਿਤਾ ਦਿਆ ਪੁਰ ਸਹਜੇ ਚਾਰ ਯੁਗ ਦੀ ਸਥਾਪਨਾ ਕੀਤੀ ਸਤਯੁਗ ਤ੍ਰੇਤਾ ਤੇ ਦੁਆਪਰ ਇਹ ਤਿੰਨ ਤੇ ਅਗਲਾ ਫਿਰ ਚੌਥਾ ਕਲ ਯੁਗ ਥਾਪਿਆ ਚਾਰ ਵਰਨ ਚਾਰੋਂ ਕੇ ਰਾਜੇ ਚੌਥਾ ਕਲ ਯੁਗ ਬਣਾਇਆ ਤੇ ਚਾਰ ਹੀ ਵਰਣ ਕੀਤੇ ਚਾਰ ਵਰਨਾਂ ਦੇ ਚਾਰ ਹੀ ਰਾਜੇ ਬਣਾਏ ਬ੍ਰਾਹਮਣ ਸ਼ਤਰੀ ਵੈਸ ਸ਼ੂਦਰ ਜੁਗ ਜੁਗ ਏਕੋ ਵਰਨ ਬਿਰਾਜੇ ਬ੍ਰਾਹਮਣ ਸ਼ਤਰੀ ਵੈਸ ਸ਼ੂਦਰ ਹਰ ਯੁਗ ਯੁਗ ਦੇ ਵਿੱਚ ਇੱਕ ਵਰਨ ਬਿਰਾਜਮਾਨ ਕੀਤਾ ਸਤਯੁਗ ਹੰਸ ਅਵਤਾਰ ਧਰ ਸੋਹਮ ਬ੍ਰਾਹਮਣ ਦੂਜਾ ਪਾਜੇ ਸਤਯੁਗ ਵਿੱਚ ਹੰਸ ਅਵਤਾਰ ਧਾਰ ਕੇ ਸੋਹਮ ਬ੍ਰਹਮ ਦਾ ਦੱਸਿਆ ਦੂਜਾ ਕੋਈ ਪਖੰਡ ਨਹੀਂ ਸੀ ਏਕੋ ਬ੍ਰਹਮ ਵਖਾਣੀਏ ਮੋਹ ਮਾਇਆ ਤੇ ਬ੍ਰਹਮ ਦਾਜੇ ਕੋਈ ਬ੍ਰਹਮ ਦਿਸਦਾ ਸੀ ਮੋਹ ਮਾਇਆ ਜਿਹੜੀ ਸੀ ਕਿਸੇ ਬੇਮੋਹਤਾਜ ਸੀ ਕਿਸੇ ਦੇ ਮੋਹਤਾਜ ਨਹੀਂ ਸੀ ਮੋਹ ਮਾਇਆ ਤੋਂ ਰਹਿ ਸੀ ਕਰਨ ਤਪੱਸਿਆ ਬਨ ਵਿਖੇ ਵਕਤ ਗੁਜ਼ਾਰਨ ਸਤਯੁਗ ਦੀ ਵਿਆਖਿਆ ਬਣ ਦੇ ਵਿੱਚ ਤਪੱਸਿਆ ਕਰਦੇ ਆ ਜੰਗਲਾਂ ਚ ਸਤਯੁਗ ਦੇ ਜਿਹੜੇ ਲੋਕ ਏ ਬ੍ਰਹਮੀ ਬ੍ਰਹਮ ਏ ਸਾਰਾ ਜੰਗਲਾਂ ਦੇ ਵਿੱਚ ਤਪ ਕਰਦੇ ਆ ਤੇ ਖਾਂਦੇ ਪੱਤੇ ਆ ਖਾਂਦੇ ਜੜਾਂ ਨੇ ਕੋਈ ਉਸ ਪਦਾਰਥ ਨਹੀਂ ਹੁੰਦਾ ਸੀ ਆ ਦਾਲਾਂ ਚੌਲ ਖੰਡ ਇਹ ਚੀਜ਼ਾਂ ਸਤਯੁਗ ਦੇ ਵਿੱਚ ਕੁਝ ਹੈ ਹੀ ਨਹੀਂ ਸੀ ਕਹਿੰਦੇ ਨੇ ਚਾਰ ਕਰਨ ਤਪੱਸਿਆ ਬਣ ਵਿਖੇ ਇੱਕੋ ਹੀ ਬ੍ਰਹਮ ਸੀ ਮੋਹ ਮਾਇਆ ਕੋਈ ਕਿਸੇ ਦੇ ਮੁਹਤਾਜ ਨਹੀਂ ਸੀ ਸਾਰੇ ਬੇਮੁਹਤਾਜ ਸੀ ਜੰਗਲਾਂ ਚ ਰਹਿੰਦੇ ਸੀ ਵਕਤ ਗੁਜ਼ਾਰਦੇ ਸੀ ਪਿੰਨੀ ਸਾਗ ਦੀ ਪਿੰਨੀ ਦੇ ਨਾਲ ਪੱਤਿਆਂ ਦੇ ਨਾਲ ਪੱਤੇ ਰਿੰਨਲੇ ਪੱਤੇ ਖਾਲੇ ਅੱਗੇ ਜੀ ਲੱਖ ਵਰਿਆਂ ਦੀ ਆਰੀ ਜਾ ਕੋਠੇ ਕੋਈ ਨ ਮੰਦਰ ਸਾਜੇ ਕੋਠੇ ਕੋਟ ਨ ਮੰਦਰ ਸਾਜੇ ਲੱਖ ਵਰੇ ਦੀ ਉਮਰ ਸੀ ਨਾ ਕੋਠਾ ਸੀ ਨਾ ਕੋਈ ਕਿਲਾ ਸੀ ਨਾ ਕੋਈ ਮੰਦਰ ਸਾਜਿਆ ਸੀ ਇੱਕ ਬਿਨ ਸੇਕ ਅਸਤਰ ਗਾਜੇ ਇੱਕ ਬਿਨਸਦਾ ਸੀ ਨਾਸ ਹੁੰਦੇ ਸਨ ਦੂਜੇ ਆਪ ਨੂੰ ਅਚਲ ਗਾਜਦੇ ਸਨ ਲੱਖ ਵਰਿਆਂ ਦੀ ਆਰਜਾ ਪਾਲ ਕੇ ਉਸ ਸਮੇਂ ਲੱਖ ਸਾਲ ਦੀ ਸਤਯੁਗ ਦੇ ਵਿੱਚ ਲੱਖ ਵਰੇ ਦੀ ਉਮਰ ਦੱਸੀ ਕਿ ਸਤਯੁਗ ਦੇ ਵਿੱਚ ਲੱਖ ਸਾਲ ਦੀ ਆਦਮੀ ਦੀ ਉਮਰ ਸੀ ਇੱਕ ਲੱਖ ਸਾਲ ਦੀ ਲੱਖ ਸਾਲ 'ਚ ਤਾਂ ਫਿਰ ਰੌਣਕ ਹੀ ਲੱਗ ਜਾਂਦੀ ਹੈ ਸੌ ਸਾਲ ਉਹ ਵੀ ਆਪਣੀ ਪੂਰੀ ਨਹੀਂ ਚਾਲੀ ਪੰਜਾਹ ਸੱਠ ਸਾਲ ਤੱਕ ਬੰਦਾ ਸੱਠੀ ਕੇ ਵਡੇਪਾ ਆਵੇ ਇਸ ਲੜਕੀ ਨੇ ਐਡੇ ਐਡੇ ਵੱਡੇ ਵੱਡੇ ਵਾਰ ਮਹਾਂਪੁਰਖਾਂ ਤੋਂ ਲਏ ਇਹ ਭਗਤੀ ਜਪ ਤਪ ਸਿਮਰਨ ਬੰਦੇ ਦੀ ਥੋੜੀ ਜਿਹੀ ਜਾਣ ਹੈ ਤੇ ਆ ਸਰੀਰ ਸਾਡੇ ਦੁੱਖਾਂ ਸੁੱਖਾਂ ਦੇ ਵਿੱਚ ਫਸੇ ਹੋਏ ਨੇ ਇਹ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਸਿਮਰਨ ਕਰਕੇ ਇਹਨੂੰ ਇਸ ਕਾਇਆ ਨੂੰ ਸਫਲ ਕਰਨਾ ਹੈ ਇਸ ਜੀਵ ਨੂੰ ਸਾਰੇ ਸੁੱਖ ਮਿਲਣੇ ਆ
ਭਗਤੀ ਸਿਮਰਨ ਦੇ ਨਾਲ ਬਾਕੀ ਸਾਰਾ ਸੰਸਾਰ ਦੁੱਖਾਂ ਦੇ ਵਿੱਚ ਪੜ ਲਓ ਠੱਗੀਆਂ ਮਾਰ ਕੇ ਕੁਟੰਬ ਜਿਹੜੇ ਪਾਰ ਠੱਗੀਆਂ ਮਾਰ ਕੇ ਕੁਟੰਬ ਜਿਹੜੇ ਪਾਲ ਦੇ ਲੇਖਾ ਦੇਣਾ ਤੇਰੀ ਜਾਨ ਨੇ ਠੱਗੀਆਂ ਮਾਰ ਕੇ ਕੁਟੰਬ ਜਿਹੜੇ ਪਾਲ ਦੇ ਲੇਖਾ ਦੇਣਾ ਤੇਰੀ ਜਾਨ ਨੇ ਠੱਗੀਆਂ ਮਾਰ ਕੇ ਕੁਟੰਬ ਜਿਹੜੇ ਪਾਲ ਦੇ ਲੇਖਾ ਦੇਣਾ ਤੇਰੀ ਜਾਨ ਨੇ ਠੱਗੀਆਂ ਮਾਰ ਕੇ ਕੁਟੰਬ ਜਿਹੜੇ ਪਾਲ ਦੇ ਲੇਖਾ ਦੇਣਾ ਤੇਰੀ ਜਾਨ ਨੇ ਪ੍ਰਸੰਨ ਹੁੰਦੇ ਨੇ ਅੰਮ੍ਰਿਤ ਵੇਲੇ ਤੇ ਨਾਮ ਤੇ ਵਡਿਆਈ ਵਿਚਾਰ ਤੇ ਕਰਮੀ ਆਵੇ ਕੱਪੜਾ ਕਰਮਾਂ ਨਾਲ ਸਾਨੂੰ ਮਨੁੱਖਾ ਦੀ ਹੀ ਮਿਲੀ ਹੈ ਇਹ ਕੱਪੜਾ ਤੇ ਗੁਰੂ ਦੀ ਨਜ਼ਰ ਨਾਲ ਬੇੜੇ ਪਾਰ ਹੋਣੇ ਆ ਆਖੋ ਸ੍ਰੀ ਹੋਰ ਕੋਈ ਚੀਜ਼ ਹੈ ਦੱਸੋ ਬੇੜਾ ਪਾਰ ਕਰਨ ਵਾਲੀ ਸਤਿਗੁਰੂ ਦੀ ਨਜ਼ਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਾਨਕ ਨਜ਼ਰੀ ਨਜ਼ਰ ਨਿਹਾਲ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਜ਼ਰ ਨਿਹਾਲ ਕਿੰਨੇ ਮਰਜ਼ੀ ਪਾਠ ਕਰ ਲਓ ਸਿਮਰਨ ਕਰ ਲਓ ਪੁਣ ਦਾਨ ਕਰ ਲਓ ਜੇ ਉਹ ਨਜ਼ਰ ਨਾ ਕਰੇ ਤੇ ਕਿਸੇ ਵੀ ਲੇਖੀ ਨਹੀਂ ਨਜ਼ਰ ਪਰਮਾਤਮਾ ਦੀ ਵੱਡੀ ਤੇ ਆਪਣੇ ਸਾਰਿਆਂ ਤੇ ਗੁਰੂ ਨੇ ਨਦਰ ਪਾਈ ਆਖੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਤੇ ਨਦਰ ਪਾਈਏ ਕਿਉਂਕਿ ਆਪਾਂ ਦੀਵਾਲੀ ਗੁਰੂ ਸਾਹਿਬ ਨੂੰ ਪੌਦੀ ਮਨਾਈ ਨਾਮ ਜਪ ਕੇ ਮਨਾਈ ਕਥਾ ਕੀਰਤਨ ਵਿੱਚ ਸਤਸੰਗ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀਆਂ ਖੁਸ਼ੀਆਂ ਲਈਆਂ ਸਾਰੀ ਸੰਗਤ ਨੇ ਛੇਵੇਂ ਪਾਤਸ਼ਾਹ ਨੇ ਸਾਰਿਆਂ ਤੇ ਨਦਰ ਕੀਤੀ ਹੈ ਮਿਹਰ ਕੀਤੀ ਤੇ ਆਪਣੀ ਹਾਜ਼ਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਲੱਗੀ ਭੁੱਲਾਂ ਗਲਤੀਆਂ ਗੁਣਾਂ ਸਾਡੇ ਗੁਰੂ ਸਾਹਿਬ ਮਾਫ ਕਰਨ ਤੇ ਆਪਦਾ ਮੇਰਾ ਭਰਿਆ ਸਿਰ ਤੇ ਹੱਥ ਰੱਖਣ ਧਾਰਨਾ ਲਾ ਕੇ ਫਿਰ ਹੁਕਮਨਾਵਾਂ ਤੇ ਸਮਾਪਤੀ ਹੈ ਬਖਸ਼ਦਾ ਰਹੀ ਸਾਰੇ ਪੜੇ ਹੋ ਰਹੀ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ ਰਹੀ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ ਸਾਨੂੰ ਚਰਨਾ ਤੋਂ ਕਰੀ ਨਾ ਤੂੰ ਚਰਨਾ ਤੂੰ ਕਰੀ ਨਾ ਤੂੰ ਦੂਰ ਦਾਤਿਆ ਰਹੀ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ ਰਹੀ ਬਾ
ਹਾਜ਼ਰੀ ਲਾਉਣ, ਮਿਹਰਾਂ ਕਰਨ ਅੱਗੇ ਤੋਂ ਵੀ ਬਖਸ਼ਿਸ਼ ਕਿਰਪਾ ਕਰਦੇ ਰਹਿਣ, ਸਰ ਭੁੱਲਾਂ ਮਾਫ ਕਰਨ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਮੇਰੀ ਪੀਰੀ ਦੇ ਮਾਲਕ, ਜਿਨ੍ਹਾਂ ਦਾ ਬੰਦੀ ਛੋੜ ਦਿਵਸ ਦੀਵਾਲੀ ਦਾ ਦਿਹਾੜਾ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਸਾਰੀ ਦੁਨੀਆ 'ਤੇ, ਅਤੇ ਆਪਣੀ ਵੀ ਸਾਰੀ ਸੰਗਤ ਦੀ ਹਾਜ਼ਰੀ ਗੁਰੂ ਸਾਹਿਬ ਆਪਣੇ ਚਰਨਾਂ ਵਿੱਚ ਲਾਉਣ, ਕਿਰਪਾ ਕਰਨ। ਇਸੇ ਤਰ੍ਹਾਂ ਹੀ ਭਾਈ ਵੱਧ ਤੋਂ ਵੱਧ ਲਾਹਾ ਖੱਟੋ, ਨਾਮ ਜਪੋ, ਸਿਮਰਨ ਕਰੋ। ਇਹ ਗੁਰੂ ਸਾਹਿਬ ਬਖਸ਼ਿਸ਼ ਕਿਰਪਾ ਕਰਨ, ਆਪਾਂ ਵੀ ਦੀਵਾਲੀ ਮਨਾਈਏ। ਖਾਧਾ ਪੀਤਾ ਵੀ ਬਹੁਤ, ਮਠਿਆਈਆਂ ਵੀ ਖਾਧੀਆਂ ਨੇ, ਲੰਗਰ ਪਾਣੀ ਵੀ ਚੰਗੇ ਛਕੇ ਆ, ਪਟਾਕੇ ਪਟੂਕੇ ਵੀ ਚਲਾਏ ਆ, ਨਾਲ ਵੀ ਲੈ ਚੱਲੇ ਆ ਰੱਖ ਕੇ। ਆਪਾਂ ਵੀ ਸਾਰਾ ਕੁਝ ਕੀਤਾ ਨਾ, ਪਰ ਆਪਾਂ ਨਾਲ ਰੱਬ ਦਾ ਨਾਮ ਜਪਿਆ, ਉਹਨਾਂ ਨੇ ਜਪਿਆ ਨੀ, ਉਹਨਾਂ ਖੱਲਾ ਖਾਧਾ ਪੀਤਾ, ਉਹ ਸਵਾਹ ਹੋ ਗਿਆ ਭੋਗ, ਭੋਗੇ ਰੋਗ ਬਣ ਜਾਂਦੇ ਆ ਜਿਹੜੇ ਰੱਬ ਨਾਲ ਚੇਤੇ ਕਰਨ। ਆਪਾਂ ਵੀ ਸਾਰੇ ਭੋਗ ਭੋਗੇ ਆ, ਲੰਗਰ ਪਾਣੀ, ਪ੍ਰਸ਼ਾਦ, ਚਾਹ, ਦੁੱਧ, ਸਾਰੇ ਕੁਝ ਪ੍ਰਸ਼ਾਦ, ਸਾਰਾ ਕੁਝ। ਮਾਇਆ ਵੀ ਵੱਡੀ ਹੈ, ਇਹ ਭਾਈ ਗੁਰਮੁਖੋ ਸਾਰੇ ਭੋਗ ਭੋਗੇ ਆਪਾਂ, ਅਤੇ ਗੁਰੂ ਸਾਹਿਬ ਨੂੰ ਚੇਤੇ ਕੀਤਾ, ਨਾਮ ਜਪਿਆ, ਸਿਮਰਨ ਕੀਤਾ। ਇਸ ਕਰਕੇ ਸਤਿਗੁਰ ਕਹਿੰਦੇ ਦੁਨੀਆ ਵਿੱਚ ਚੱਲ, ਖਾ ਪੀ, ਆਨੰਦ ਕਰ, ਕਾਰੋਬਾਰ ਕਰ, ਪਰ ਰੱਬ ਨੂੰ ਨਾ ਭੁੱਲ। ਗੁਰਪੁਰਬ ਆਇਆ ਅਤੇ ਰੱਬ ਨੂੰ ਨਾ ਭੁੱਲ, ਇਹ ਸਮਾਂ ਜ਼ਰੂਰ ਸਫਲਾ ਕਰ ਲਾਂ ਅਤੇ ਖੁਸ਼ੀਆਂ ਵੀ ਮਨਾ ਲਾਂ। ਫਿਰ ਤਾਂ ਖੁਸ਼ੀਆਂ ਖੁਸ਼ੀਆਂ ਨੇ,
ਤੇ ਜੇ ਤੂੰ ਰੱਬ ਨੂੰ ਭੁੱਲ ਗਿਆ ਤੇ ਫਿਰ ਖੁਸ਼ੀਆਂ ਖੁਸ਼ੀਆਂ ਨੇ, ਫਿਰ ਖੁਸ਼ੀਆਂ ਫਿਰ ਖੁਸ਼ੀਆਂ ਨਹੀਂ ਹੁੰਦੀਆਂ, ਅੱਖਰ ਉਹੀ ਨਹੀਂ। ਜੇ ਤਾਂ ਰੱਬ ਚੇਤੇ ਆ ਤੇ ਖੁਸ਼ੀਆਂ, ਜੇ ਰੱਬ ਭੁੱਲ ਗਿਆ ਤੇ ਖੁਸ਼ੀਆਂ, ਫਿਰ ਖੁਸ ਗਿਆ ਸਾਰਾ ਕੁਝ। ਕਿਉਂ ਵੀ ਸਾਜ ਗੁਰੂ ਨੂੰ ਚੇਤੇ ਰੱਖਣਾ ਰੱਬ ਨੂੰ, ਫਿਰ ਖੁਸ਼ੀਆਂ, ਨਹੀਂ ਤਾਂ ਖੁਸ਼ੀਆਂ ਖੁਸ ਜਾਂਦੀਆਂ। ਇਹ ਨਾਮ ਸਿਮਰਨ ਗੁਰੂ ਦੇ ਚਰਨਾਂ ਨਾਲ ਸੇਵਾ ਸਿਮਰਨ ਦਸਵੰਧ ਕੱਢਦੇ ਰਹੋ। ਮਾਇਆ ਵਿੱਚ ਕਦੀ ਨਾ ਖੁਬੋ ਪਦਾਰਥ ਹੈ, ਉਹ ਆਪਦੇ ਭਗਤਾਂ ਨੂੰ ਬਚਾ ਕੇ ਰੱਖਦੇ ਵੀ। ਨਾਮ ਸਿਮਰਨ ਭਗਤੀ 'ਚ ਲੱਗੇ ਹੀ ਰਹਿਣ, ਜੇ ਕਿਤੇ ਖੁੱਭਦੇ ਹੋਣ ਨਾ ਫਿਰ ਉਹ ਕੱਢ ਲੈਂਦੇ ਮਾੜਾ ਬਾਹਰ ਨੂੰ ਖਿੱਚ ਕੇ। ਆਪਦੇ ਸੇਵਕਾਂ ਦੀ ਆਪ ਸਹਾਈ ਹੋ ਕੇ ਦੁੱਖਾਂ ਸੁੱਖਾਂ ਕਲੇਸਾਂ ਖੋਟਿਆਂ ਕਰਮਾਂ ਤੋਂ ਬਚਾਉਂਦੇ ਆ, ਖੋਟਿਆਂ ਕਰਮਾਂ ਦਾ ਨਾਸ਼ ਕਰਦੇ ਆ। ਸਾਡੇ ਜਨਮਾਂ ਕਰਮਾਂ ਦੇ ਲਿਖੇ ਹੁੰਦੇ ਲੇਖ ਮਹਾਂਪੁਰਖ ਸਹਾਈ ਹੋ ਕੇ ਕੱਟਦੇ ਆ। ਫਿਰ ਆਖੋ ਸ੍ਰੀ ਵਾਹਿਗੁਰੂ, ਔਖੀ ਘੜੀ ਨਾ ਦੇਖਣ ਦੀ ਆਪਣਾ ਬਿਰ ਸੰਭਾਲੇ, ਉਹ ਫਿਰ ਕਿਰਪਾ ਕਰਕੇ ਔਖੀਆਂ ਘੜੀਆਂ ਦਾ ਸਮਾਂ ਸੰਤ ਸਹਾਈ ਹੋ ਕੇ ਮਹਾਂਪੁਰਖ ਹੋ ਕੇ ਸਹਾਈ ਕੱਟ ਦਿੰਦੇ ਆ, ਨਹੀਂ ਤਾਂ ਪਤਾ ਨਹੀਂ ਕੀ ਕੁਝ ਹੋਣਾ ਸੀ। ਜੇ ਗੁਰੂ ਸਾਹਿਬ ਮਹਾਂਪੁਰਖ ਸਹਾਈ ਹੋਏ ਫਿਰ ਜਿਹੜੀ ਮਜਲ ਸੁਣੀ ਦੀ ਔਖੀ ਉਹ ਲੰਘ ਜਾਏਗਾ ਸੌਖੀ। ਹੁਣ ਸਮਾਪਤੀ ਹੱਦ ਸਗਾਇਓ ਸਮਝਦਾ।